ਪੀਪਲ ਹੂ ਡੂ ਲਿਫਟਿੰਗ ਹੈਵੀ, ਜਿਹੜੇ ਬੰਦੇ ਹੈਵੀ ਲਿਫਟਿੰਗ ਕਰਦੇ ਆ, ਸਰ ਨੂੰ ਵੱਡੀ ਮਿਸਟੇਕ ਕਰਦੇ ਆ, ਵਾਰਮ ਅਪ ਸੈਟ ਨੂੰ ਡਿਫਰੈਂਟ ਤਰੀਕੇ ਨਾਲ ਟ੍ਰੀਟ ਕਰਦੇ ਆ, ਹੈਵੀ ਨੂੰ ਡਿਫਰੈਂਟ ਤਰੀਕੇ ਨਾਲ। ਸੋ ਲਾਈਟ ਵੇਟ ਨੂੰ ਵੀ ਇੱਦਾਂ ਹੀ ਟ੍ਰੀਟ ਕਰਨਾ ਕਿ ਜਿੱਦਾਂ ਹੈਵੀ ਆ, ਸੇਮ ਬੈਲਟ ਪੋਜੀਸ਼ਨ, ਉਹੀ ਹਰੇਕ ਪੋਜੀਸ਼ਨਿੰਗ, ਉਦਾਂ ਹੀ ਇੰਟੈਂਸ਼ਨ ਸੇਮ ਹੋਣੀ ਚਾਹੀਦੀ ਆ। Please Lord give me a sign, a sign. I feel like I'm losing my mind. Is everybody in the world? ਹਰੇਕ ਸੈਟ ਹਰੇਕ ਐਪ ਸੇਮ ਇੰਟੈਂਸ਼ਨ, ਫਿਰ ਗੱਲ ਬਣੂਗੀ। ਆਪਾਂ ਡੈਫੀਸਿਟ ਲਾ ਰਹੇ ਹਾਂ, ਇਹਦੇ ਵਿੱਚ 1 ਇੰਚ ਰੱਖਿਆ ਹੋਇਆ ਆਪਾਂ, ਇਹਦੇ ਨਾਲ ਡੈਫੀਸਿਟ ਡੈਡਲਿਫਟ ਦੇ ਬੈਨੀਫਿਟ ਇਹ ਹੁੰਦਾ, ਇਹਦੇ ਵਿੱਚ ਸਾਨੂੰ ਔਖਾ ਹੁੰਦਾ ਪੋਜੀਸ਼ਨ ਦੇ ਵਿੱਚ ਆਉਣਾ, ਬਟ ਇੱਕ ਵਾਰੀ ਜਦੋਂ ਤੁਸੀਂ ਪੋਜੀਸ਼ਨ 'ਚ ਇਹਦੇ ਵਿੱਚ ਆਉਣ ਲੱਗ ਪੈਂਦੇ ਹੋ, ਲੋਅਰ ਬੈਕ ਵੀ ਸਟਰੋਂਗ ਹੁੰਦੀ ਆ, ਦੈਨ ਨੋਰਮਲ ਡੈਡਲਿਫਟ ਆਉਣੀ ਬਹੁਤ ਸੌਖੀ ਹੋ ਜਾਂਦੀ ਆ। I wanna be the greatest. Everybody on their fake shit. I look around and feel like everybody is the fakest. I make this every day and I'm impatient, hoping one day I blow up from the basement. Statement, the top is so vacant. I don't need your shit. As a powerlifter, the theek hai shareer. Adductor bhi hai gaya, quad bhi hai gaya, chest bhi theek thaak hai, shoulder bhi good hai. But pat badhiya ne. ਡੋਲਿਆਂ ਤੋਂ ਮਾਰ ਖਾਂਦੇ ਆ, ਲੋਕਾਂ ਨੂੰ ਪੱਟਾਂ ਤੋਂ ਤਾਨੇ ਵੱਜਦੇ, ਸਾਨੂੰ ਡੋਲਿਆਂ ਤੋਂ ਵੱਜਦੇ ਆ। ਕੋਈ ਗੱਲ ਨੀ, ਮਿਲਦੇ ਆ ਅਗਲੇ ਵਰਕਆਊਟ ਚ। GHR ਸੈਟਅਪ ਪ੍ਰੋਗਰਾਮ ਨੇ ਲਾਸਟ ਐਕਸਰਸਾਈਜ਼ ਆਈ ਦੀ ਹੈਬਸ ਲਈ, ਹੁਣ ਸਾਡੇ ਜਿਮ ਚ ਹਲੇ GHR ਹੈ ਨੀ ਗੀ, ਸੋ ਮੈਂ ਕੀ ਕਰੂੰਗਾ, ਆ ਬੈਂਚ ਆ, ਇਹਦੇ ਵਿੱਚ ਪੈਰ ਆਪਣੇ ਹੁੱਕ ਕਰਕੇ ਆ ਮਸ਼ੀਨ ਤੇ ਲੰਮੇ ਪੈਣਾ ਫਲੈਟ ਤੇ, ਹਿਪਸ ਜਿਹੜੇ ਆ ਬਿਲਕੁਲ ਐਜ ਤੇ ਲੈ ਜਾਣੇ ਆ, ਮੈਕਸਿਮਮ ਰੇਂਜ ਆਫ ਮੋਸ਼ਨ ਚ ਜਾਊਂਗਾ ਤੇ ਉੱਪਰ ਜਾਣਾ। Shit, a stupid myth. You choose to live or choose to dip. You choose to fight or lose your grip and lose a gift. Oh. I feel like I'm losing my mind. Is everybody in the world blind? Please, Lord, give me a sign. ਬਿਗ ਬੈਕ ਇਜ਼ ਵੈਰੀ ਇੰਪੋਰਟੈਂਟ, ਤੁਸੀਂ ਸਕੁਆਟ ਲਾਉਣੀ ਆ, ਡੈਡਲਿਫਟ ਲਾਉਣੀ ਆ, ਬੈਂਚ ਲਾਉਣੀ ਆ, ਉਹਦੇ ਲਈ ਮੇਰੀ ਆਹ ਬਹੁਤ ਵਧੀਆ, ਮੇਰੀ ਫੇਵਰੇਟ ਐਕਸਰਸਾਈਜ਼ ਆ, ਚੈਸਟ ਸਪੋਰਟਡ ਮਸ਼ੀਨ ਰੋ। ਇਹਦੇ ਵਿੱਚ ਆਪਾਂ 12 ਰੈਪ ਲਾਉਣੇ ਨੇ, RPE 8 ਤੇ 190 pounds ਦੇ ਨਾਲ ਆਪਾਂ ਲਾਉਣ ਲੱਗੇ ਹਾਂ। ਦੂਜਾ ਸੈਟ ਆ 3 ਲਾਉਣੇ ਨੇ, ਤੇ ਇਹਦੇ ਤੋਂ ਬਾਅਦ ਥੋੜੇ ਜਿਹੇ ਐਬਜ ਆ ਤੇ ਵਰਕਆਊਟ ਡਨ। No mercy in this world, just hunger thirsty persons in different versions, each new update that shit worse. ਤੇਰਾ ਲਾਤੇ RPE 8 ਹੀ ਫੇਟ ਹੋ ਜਾਏ ਥੋੜਾ ਜਿਹਾ, ਤੇ 13 ਲਾਤੇ, ਕੋਈ ਗੱਲ ਨਹੀਂ। ਬਟ ਅਸੈਸਰੀਜ਼ ਪੁਸ਼ ਕਰਨੀਆਂ ਪੈਂਦੀਆਂ, ਪਾਵਰ ਲਿਫਟਰ ਜਿਹੜੇ ਆ ਬੰਦੇ ਮਾਰ ਖਾਂਦੇ ਆ, ਅਸੈਸਰੀਜ਼ 'ਚ ਵੇਟ ਨਹੀਂ ਇੰਨਾ ਪੁਸ਼ ਕਰਦੇ। ਪਹਿਲਾਂ ਮੈਂ ਵੀ ਨਹੀਂ ਕਰਦਾ, ਪਰ ਹੁਣ ਕਰਦਾ ਹਾਂ ਕਿਉਂਕਿ ਨੈਸ਼ਨਲ ਕੁਆਲੀਫਾਈ ਕਰਨਾ ਆ, 9.5 ਹਫ਼ਤੇ ਰਹਿ ਗਏ ਨੇ। ਸਿੰਗਲ ਲੈਗ ਐਕਸਟੈਂਸ਼ਨ 12 ਤੋਂ 15 ਰੈਪ, 100 pounds, ਦੇਖਦੇ ਹਾਂ। ਟ੍ਰਾਈ ਤਾਂ 12 ਦੀ ਹੈਗੀ ਆ, ਇਹਦੇ ਵਿੱਚ ਮੇਨ ਚੀਜ਼ ਆ ਸੀਟ ਪਿੱਛੇ ਕਰ ਲਓ, ਰੈਕ ਫੈਮ ਵਧੀਆ ਟਾਰਗੇਟ ਹੁੰਦਾ ਆ, ਹੈਂਡਲ ਨੂੰ ਪੁੱਲ ਕਰਕੇ ਰੱਖਣਾ ਸੀਟ ਦੇ ਵਿੱਚ, ਫਿਰ ਪਿੱਛੇ ਰੱਖੋ, ਚੈਸਟ ਅਪ ਰੱਖੋ, ਤੇ ਬਸ ਪੁਸ਼ ਕਰੋ ਸ਼ਿਨ ਦੇ ਨਾਲ। Pull back the curtain and you'll see the different vermin. We all have different burdens that all seem to cause disturbance. Yo, do me a favor, don't treat me like a neighbor. Don't need the different flavors of your problems just to savor. I've got my own issues, I need a comb to get through. Don't need to groan with you, just go get your wrong tissue. I feel like I'm losing my mind. Is everybody in the world blind? Please Lord give me a sign, a sign. I feel
feel like I'm losing my mind. Is everybody in the world blind? ਮੇਰੀ ਬੱਸ ਹੋਈ ਪਈ ਆ, ਜ਼ਿਆਦਾ ਭੜੇ ਭੜੇ ਮੂੰਹ ਬਣਾ ਕੇ ਛੇਤੀ ਛੇਤੀ ਲਾਇਆ ਆ। ਜੇ ਤੁਸੀਂ ਪ੍ਰੋਪਰ ਬੈਨੀਫਿਟ ਲੈਣਾ ਆ, ਸਲੋ ਲਾਇਓ ਥੋੜਾ ਜਿਹਾ। ਪਲੀਜ਼ ਲੋਰਡ ਗਿਵ ਮੀ ਅ ਸਾਈਨ, ਅ ਸਾਈਨ। That's it, the end of the song. Next time you'll sing along. Trust me, there's nothing wrong. I just need to carry on, 'cause society's a myth put there to make you sit. Listen to what they give, don't ask questions, shut your lid. Yeah, don't ask questions, shut your lid. ਸਿੰਗਲ ਹੈ ਜੀ, ਹੈਮ ਸਿੰਗਲ, 10-12 ਰੈਪ ਕਰਦੇ ਪਏ ਆ, ਦੂਜਾ ਸੈਟ ਹੈ ਲਾਸਟ। ਬਸ ਹੋਈ ਬਈ, ਬਸ ਹੈਮ ਸਿੰਘ ਦੀ ਹੈਕ ਸਪੋਟ ਇੱਕ ਬਹੁਤ ਵਧੀਆ ਐਕਸਰਸਾਈਜ਼ ਆ, ਜੇ ਸਹੀ ਤਰੀਕੇ ਨਾਲ ਕੀਤੀ ਜਾਵੇ। ਮੋਸਟਲੀ ਲੋਕ ਪੈਰ ਪਲੇਟਫਾਰਮ ਤੇ ਬਹੁਤ ਅੱਗੇ ਰੱਖ ਲੈਂਦੇ ਆ, ਜਿਹਦੇ ਕਰਕੇ ਕੁਆਡਸ ਤੇ ਇੰਨਾ ਜ਼ੋਰ ਨਹੀਂ ਆਉਂਦਾ, ਠੀਕ ਆ। ਜੇ ਤੁਸੀਂ ਐਂਕਲ ਮੋਬਿਲਿਟੀ ਕਰਕੇ ਰੱਖਦੇ ਹੋ ਤੇ ਆ ਸਕੁਆਡ ਵਾਲੇ ਜੁੱਤੇ ਪਾਲਿਆ ਕਰੋ, ਕਹਿੰਦੇ ਹੀਲ ਉੱਪਰ ਹੁੰਦੀ ਆ ਤੇ ਐਂਕਲ ਮੋਬਿਲਿਟੀ ਦੀ ਡਿਮਾਂਡ ਘੱਟ ਜਾਂਦੀ ਆ। ਇਹਦੇ ਵਿੱਚ ਆਪਣੀ ਬੈਕ ਪਿੱਛੇ ਪੁਸ਼ ਕਰਕੇ, ਸਿਰ ਪਿੱਛੇ ਪੁਸ਼ ਕਰਕੇ ਲਿਫਟ ਅਪ ਕਰ ਲੈਣਾ, ਲੋਕ ਖੋਲ ਲੈਣੇ ਆ। ਆਪਾਂ 8-10 ਰੈਪ ਲਾਉਣੇ, ਦੇਖਦੇ ਕਿੰਨੇ ਲੱਗਦੇ। Yeah. Please tell me that I can't, that I won't, that I fail, that I'll never make it out, yeah. Please tell me all the bad, never good, fill my head full of every single doubt, yeah. Please say any negative thoughts, I pop off when I hear people say I cannot. I get off to the thought of proving everyone wrong. I won't stop to the top, so you better back off or get lost. I'ma stay loud, stay proud. 8 ਰੈਪ ਲੱਗੇ, RP 8 ਤੇ ਕੁਆਡ ਤੇ ਪ੍ਰੋਪਰ ਜ਼ੋਰ ਪੈਣ ਡਿਆ ਆ। ਨੀ ਸਲੀਵ ਥੋੜਾ ਈਜ਼ੀ ਕਰਦੀ ਪਈ ਆ, ਇੱਕ ਸੈਟ ਹੋਰ ਲਾਣਾ ਬਸ, ਨਾ ਉਹ ਤੋਂ ਬਾਅਦ ਆਪਾਂ ਡਿਫਰੈਂਟ ਐਕਸਰਸਾਈਜ਼ ਤੇ ਜਾਵਾਂਗੇ। ਕਰੋ ਗੈਸ ਮਿੱਤਰੋ, ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ। Never running out, never heading south. I'll be spreading out, call it word of mouth. Can't put me down, I'll be getting loud. You can have your doubts, not what I'm about. Have your f***ing clout, it be raining now. I keep making sound, go another round. Bitch, I'm legend bound, can't stop me now. You don't wanna f*** with me. A slow burn like a deceit. ਅੱਜ ਬੁਰਾ ਹਾਲ ਹੈ, 8 ਰੈਪ ਲੱਗੇ, ਉਮੀਦ ਸੀ 10-12 ਦੀ, ਬਟ ਥੱਕੇ ਪਏ ਆ, 11 ਵੱਜ ਗਏ ਨੇ ਰਾਤ ਦੇ। ਸੋ ਇੰਜਰੀ ਦੇ ਚਾਂਸ ਨਹੀਂ ਲੈਣੇ, ਆਪਾਂ ਸੇਫ ਖੇਡਣਾ ਆ, ਬਾਕੀ ਕੰਮ ਵੀ ਕਰਨੇ ਜ਼ਰੂਰੀ ਨੇ। ਵੇਟ ਪਾਤਾ ਆ, ਹੁਣ ਆਪਾਂ ਨੀ ਸਲੀਵ ਚੜਾਉਣੇ ਆ। ਐਸਬੀਡੀ ਦੇ ਸਟਿਫ ਵਾਲੇ ਨੀ ਸਲੀਵ ਆ, ਤੇ ਮੀਡੀਅਮ ਸਾਈਜ਼ ਆ, ਟਾਈਟ ਨੇ ਪਰ ਇੰਨੇ ਵੀ ਟਾਈਟ ਨਹੀਂ ਕਿ ਆਪਣੇ ਤੋਂ ਚੜਾਈ ਨਾ ਹੋਵੇ, ਪ੍ਰੋਪਰਲੀ ਪੁੱਲ ਕਰਕੇ ਕੋਈ ਵੱਟ ਨਾ ਰਵੇ, ਇਹਨੂੰ ਸੈੱਟ ਕਰ ਲੈਣਾ। ਇਹਦੇ ਨਾਲ ਫਾਇਦਾ ਮਿਲਦਾ, ਕੰਪਰੈਸ਼ਨ ਨਾ ਹੁੰਦੀ ਜੁਆਇੰਟ ਦੇ ਵਿੱਚ, ਇੱਕ ਸੂਡੋ ਕੌਨਫੀਡੈਂਸ ਵੀ ਆਉਂਦਾ ਆ ਕਿ ਆਪਾਂ ਵੱਧ ਵੇਟ ਲਾ ਸਕਦੇ ਹਾਂ। ਕਾਇੰਡ ਆਫ ਲੱਗਦਾ ਵੀ ਆ, ਪਰ ਇੰਨਾ ਵੀ ਨਹੀਂ, ਕਿਲੋਆਂ ਦੇ ਵਿੱਚ ਜ਼ਿਆਦਾ ਨਹੀਂ, ਨਾ 5-10 ਕਿਲੋ ਦਾ ਫਰਕ ਪੈ ਜਾਂਦਾ ਹੋਊਗਾ, ਠੀਕ ਆ। ਹੁਣ ਆਪਾਂ 165 ਦੇ ਵੇਖਦੇ ਹਾਂ ਕਿੰਨੇ ਰੈਪ ਲੱਗਦੇ ਆ। ਇਹ ਅੱਜ ਆਪਣਾ ਸਕੁਆਡ ਦਾ ਲਾਸਟ ਸੈਟ ਹੋਊਗਾ, ਇਹਦੇ ਤੋਂ ਬਾਅਦ ਆਪਾਂ ਅਸੈਸਰੀਜ਼ ਲਾਵਾਂਗੇ, ਦੇਖਦੇ ਹਾਂ ਕੀ ਬਣਦਾ। ਜਿੱਦਾਂ ਆਪਾਂ ਗੱਲ ਕਰਦੇ ਸੀ, 9:30 ਹਫ਼ਤੇ ਰਹਿ ਗਏ ਆ, ਅੱਜ ਦੀ ਦੂਜੀ ਐਕਸਰਸਾਈਜ਼ ਹੈਗੀ ਆਪਣੀ ਹਾਈ ਬਾਰ ਸਕੁਆਟ, ਐਮਰੈਪ ਲਾਉਣਾ ਆ 165 ਕਿਲੋ ਤੇ ਵਾਰਮ ਅਪ ਚੱਲਦਾ ਪਿਆ ਆ, 120 ਕਿਲੋ ਆ ਗਏ, ਇਹਦੇ ਆਪਾਂ 5 ਰੈਪ ਲਾਵਾਂਗੇ। ਆਪਣੀ ਬਾਡੀ ਨੂੰ ਪ੍ਰਾਈਮ ਕਰਨ ਦੀ ਕੋਸ਼ਿਸ਼ ਕਰਨੀ ਆ ਆਪਾਂ ਇਹਦੇ ਵਿੱਚ, ਪ੍ਰੋਪਰਲੀ ਸੇਮ ਚੀਜ਼ ਜੋ ਆਪਾਂ ਐਮਰੈਪ ਦੇ ਵਿੱਚ ਹਿੱਟ ਕਰਨੀ ਆ ਉਹਦੇ 'ਤੇ ਕੋਸ਼ਿਸ਼ ਕਰਾਂਗੇ, ਹਾਈ ਬਾਰ ਆ, ਠੀਕ ਆ। ਅਗਲੇ ਬਲੋਕ ਦੇ ਵਿੱਚ ਆਪਾਂ ਇਹਨੂੰ ਲੋਅ ਬਾਰ 'ਤੇ ਕਰ ਦੇਣਾ, ਜਿਹੜੀ ਕਿ ਆਪਣੀ ਕੰਪਟੀਸ਼ਨ ਵਾਲੀ ਆ। ਸੋ ਕੰਫਰਟੇਬਲ ਗ੍ਰਿਪ ਜਿਹੜੀ ਹੈਗੀ ਆ ਲਾ ਕੇ ਟ੍ਰੈਪਸ ਦੇ ਉੱਪਰ ਸੈੱਟ ਕਰ ਲੈਣਾ ਬਾਰ ਨੂੰ, ਆਪਣੇ ਆਪ ਨੂੰ ਟਾਈਟ ਕਰਕੇ ਪੋਜੀਸ਼ਨ 'ਚ ਆਏ। Just tell me that I can't. Just tell me that I can't.
ਇੰਨਾ ਕੋਈ ਔਖਾ ਨਹੀਂ ਲੱਗ ਰਿਹਾ। ਸੋ ਆ ਹੈਗਾ ਆਪਣਾ ਲਾਸਟ ਸੈਟ 195 for 5 reps ਦਾ। ਇਹਨਾਂ ਤੋਂ ਬਾਅਦ ਆਪਾਂ ਸਕੁਆਟ ਲਾਉਣੀ ਆ। ਕਈ ਕਈ ਏਰੀਆ ਅਨਗਾਂ ਵੀ ਡਿੱਗ ਪੈਂਦੀਆਂ, ਟੈਨਸ਼ਨ ਨਹੀਂ ਲੈਣੀ ਐਜ਼ ਲੌਂਗ ਐਜ਼ ਆਪਣਾ ਸੈੱਟ ਹਿੱਟ ਹੋ ਰਿਹਾ। ਸੋ ਐਡਾ ਕੋਈ ਚੱਕਰ ਨਹੀਂ ਹੁੰਦਾ ਹਾਈ। ਸੋ ਹੁਣ ਆਪਾਂ ਸਕੁਆਟ ਪਾਉਣੀ ਆ। ਲੱਤ ਵੀ ਛਿੱਲੀ ਗਈ ਆ। Say anything negative, cause I just wanna hear it out your mouth, yeah. Give me fuel, it's a tool that I use to go ahead and run my mouth, yeah. I take shots, I take loss, I make shots, I miss lots. I tell you get big box, you get yachts, you swing lots and pop off a big shot. 9.5 months ਰਹਿ ਗਏ ਆਪਣੇ ਨੈਕਸਟ ਪਾਵਰ ਲਿਫਟਿੰਗ ਮੀਟ ਨੂੰ। ਅਕਤੂਬਰ 26 ਦੀ ਹੈਗੀ ਆ। ਇਹਦਾ ਟਾਰਗੇਟ ਹੈਗਾ ਨੈਸ਼ਨਲ ਕੁਆਲੀਫਿਕੇਸ਼ਨ ਟੋਟਲ ਹਿੱਟ ਕਰਨਾ। ਅੱਜ ਦਾ ਟਾਰਗੇਟ ਆ 195 ਜਾਂ 235 ਦੇ ਵਿਚਕਾਰ ਕੋਈ ਵੀ ਵੇਟ ਲਾਉਣਾ। 4 sets 5 reps ਲਈ ਪਹਿਲਾ ਸੈਟ ਸ਼ੁਰੂ ਹੋਣ ਲੱਗਾ 195 ਦਾ। ਆਪਣੀ ਸਟਰੈਂਥ ਹੈਗੀ ਆ ਵੱਧ ਲਾਉਣ ਦੀ, ਪਰ ਜੋ ਰੈਪ ਲਾਉਣ ਦੀ ਗੱਲ ਆਉਂਦੀ ਆ ਉਦੋਂ ਕਾਰਡੀਓ ਕਪੈਸਿਟੀ ਬਹੁਤ ਜ਼ਰੂਰੀ ਆ। ਅੱਜ ਦੇ ਹਿਸਾਬ ਨਾਲ 195 ਦੇ ਹੀ ਲਾਵਾਂਗੇ 4 sets, ਕਿਉਂਕਿ ਸੋਮੋ ਅੱਜ ਮਈ ਜੂਨ ਜੁਲਾਈ ਅਗਸਤ 3 months ਬਾਅਦ ਲਾਉਣ ਲੱਗਾ ਸੋਮੋ। ਸੋ ਈਜ਼ ਇੰਟੂਇਟ ਕਰਨਾ ਪੈਂਦਾ, ਇੱਕੋ ਦਮ ਨਹੀਂ ਆ ਕੇ ਦੁਬਾਰਾ ਹੈਵੀ ਲਾ ਸਕਦੇ, ਇੰਜਰੀ ਦੇ ਚਾਂਸਿਸ ਰਹਿੰਦੇ ਨੇ।